ਨਾਭਾ ਦੇ ਪਟਿਆਲਾ ਗੇਟ ਨੇੜੇ ਸਕੋਡਾ ਕਾਰ ਚਾਲਕ ਨੇ ਅੱਧੀ ਦਰਜਨ ਦੇ ਕਰੀਬ ਮੋਟਰਸਾਈਕਲ ਵਹੀਕਲਾਂ ਨੂੰ ਦੜ ਦਿੱਤਾ ਅਤੇ ਇੱਕ ਨੌਜਵਾਨ ਨੂੰ ਕਾਰ ਦੇ ਨੀਚੋਂ ਕੱਢਿਆ ਗਿਆ ਜਿਸ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ। ਪ੍ਰਤੱਖ ਦਰਸ਼ੀਆਂ ਮੁਤਾਬਕ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ। ਪੁਲਿਸ ਨੇ ਕਾਰ ਚਾਲਕ ਨੂੰ ਮੌਕੇ ਤੇ ਕਾਬੂ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਉਰੀ ਕੰਮ ਕਰ ਰਹੀ ਖੜ ਕੇ ਸਿੱਧਾ ਲੈ ਕੇ ਵਿੱਚ ਗੱਡੀ ਮਾਰੀ ਨੀਚੇ ਵਾੜਤਾ ਇੱਕ ਓਬੀਰਾ ਸੀ ਇੱਕ ਮੈਂ ਨੀਚੋਂ ਵੜ ਕੇ ਉੱਠਿਆ ਹੀ ਨਹੀਂ। ਇਹਨੂੰ ਅਸੀਂ ਚਾਰ ਬੰਦੇ ਨੇ ਅਸੀਂ ਨੀਚੋਂ ਕੱਢਿਆ ਸੀ ਨੇ ਖਿੱਚ ਖਿੱਚ ਕੇ ਹੋਰ ਬਚਾ ਹੋ ਗਈ ਇਹ ਤਾਂ ਚਾਰ ਆ ਅੱਜ ਕੱਲ੍ਹ 7-8 ਫੋੜਤੀ ਸਾਡੇ ਤਾਂ ਦੋ ਸਾਰੇ ਕਸਟਮਰ ਆਏ ਨੇ ਅਸੀਂ ਕਿੱਥੋਂ ਭਰ ਦਾਂਗੇ ਜੀ ਸਾਰੇ ਗਾਹਕ ਦੋ ਮੁੰਡੇ ਸੀਗੇ ਇਹ ਦੋ ਮੁੰਡੇ ਥੱਲੋਂ ਨਿਕਲੇ ਹੋਰ ਇੱਕ ਮੁੰਡਾ ਉਹ ਚੱਕ ਕੇ ਸਾਡਾ ਉਧਰ ਮਾਰਿਆ ਬਾ ਜੀ ਮੌਕੇ ਤੇ ਵੇਖ ਲਿਆ ਇੱਕ ਬਾਕੀ ਜਿਵੇਂ ਲੱਗਿਆ ਕਰ ਵੀ ਕਰ ਲਾਂਗੇ ਬਾਕੀ ਸਾਰਾ ਮੌਕਾ ਦੇਖ ਲਿਆ ਜਿਵੇਂ ਠੀਕ ਲੱਗਿਆ ਹਾਂ ਹੈਗਾ ਜੀ 6-7 ਵਹੀਕਲ ਹੋਣਗੇ ਸਕੂਟਰਾਂ ਦੇ ਹੁਣ ਦੇ ਜਿਹੜੇ ਆਪਣੇ ਮੌਕੇ ਤੇ ਸਾਰੀ ਕਾਰਵਾਈ ਬਣਦੀ ਕਰ ਦਾਂਗੇ ਇਸ ਤਰ੍ਹਾਂ ਨਾਭਾ ਤੋਂ ਬਿਸ਼ਖਾਨ ਦੀ ਰਿਪੋਰਟ ਚੈਨਲ 2।